ਪੰਜਾਬ ਯੂਨੀਵਰਸਿਟੀ ਸਟੂਡੈਂਟ ਇਲੈਕਸ਼ਨ ਦਾ ਐਲਾਨ ਹੋ ਚੁੱਕਿਆ। 5 ਸਤੰਬਰ ਨੂੰ ਪਤਾ ਚੱਲ ਜਾਏਗਾ ਕੌਣ ਬਾਜੀ ਮਾਰੇਗਾ, ਕੌਣ ਕਿਹਦੇ ਸਰ ਸਿਰਾ ਸਜੇਗਾ। ਮੈਂ ਇਸ ਸਮੇਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ 'ਚ ਮੌਜੂਦ ਹਾਂ। ਪੰਜਾਬ ਯੂਨੀਵਰਸਿਟੀ ਨੇ ਕਾਫੀ ਲੀਡਰ ਦਿੱਤੇ ਹੈ, ਦੇਸ਼ ਤੇ ਵਿਦੇਸ਼ਾਂ ਵਿੱਚ ਡੰਕਾ ਵੱਜਦਾ, ਖਾਸ ਕਰ ਪੰਜਾਬ ਦੀ ਰਾਜਨੀਤੀ ਹੋਏ ਚਾਹੇ ਸੈਂਟਰ ਦੀ ਰਾਜਨੀਤੀ ਹੋਏ, ਔਰ ਇਹਨਾਂ ਵਿੱਚ ਇੱਕ ਪਾਰਟੀ ਹੈ ਸੋਪੂ। ਇੱਕ ਟਾਈਮ ਤੇ ਡੰਕਾ ਬਹੁਤ ਵੱਜਦਾ ਸੀ, ਬਹੁਤ ਵੱਡੇ ਵੱਡੇ ਲੀਡਰ ਪੰਜਾਬ ਤੋਂ ਇਸ ਪਾਰਟੀ ਤੋਂ ਨਿਕਲੇ ਨੇ। ਮੇਰੇ ਨਾਲ ਬਲਰਾਜ ਸੋਪੂ ਤੇ ਉਹਨਾਂ ਦੇ ਸਾਥੀ ਨੇ, ਪੀਯੂ ਸੋਪੂ ਪ੍ਰੈਜ਼ੀਡੈਂਟ ਨੇ, ਗੱਲ ਵੀ ਕਰਾਂਗੇ। ਬਲਰਾਜ ਜੀ, ਮੈਂ ਕਹਿ ਰਿਹਾ ਕਿ ਡੰਕਾ ਵੱਜਦਾ ਸੀ, ਅਪ ਐਂਡ ਡਾਊਨਸ ਨਾ ਹਰੇਕ ਲਾਈਫ ਹੋਏ, ਸਪੋਰਟਸ ਪਰਸਨ ਹੋਏ, ਸਟੂਡੈਂਟ ਲਾਈਫ ਹੋਏ, ਸਾਰੇ ਜ਼ਿੰਦਗੀ ਜਾਂਦਾ। ਇਸ ਪਾਰਟੀ ਦਾ ਵੀ ਜੇ ਦੇਖੀਏ ਗ੍ਰਾਫ, ਉੱਪਰ ਨੀਚੇ ਬਹੁਤ ਹੋਇਆ, ਸਰਵਾਈਵਲ ਦੀ ਲੜਾਈ ਜੇ ਮੈਂ ਸਾਫ਼ ਕਹਾਂ, ਕਿਵੇਂ ਦੇਖਦੇ ਹੋ? ਬਿਲਕੁਲ, ਆਪਾਂ ਦੇਖ ਸਕਦੇ ਹਾਂ ਵੀ 2012 ਤੱਕ ਮਤਲਬ ਸਟੂਡੈਂਟਸ ਪਾਰਟੀਆਂ ਦਾ ਯੂਨੀਵਰਸਿਟੀ ਵਿੱਚ ਪੂਰਾ ਦਬਦਬਾ ਸੀਗਾ, ਸੋਪੂ ਦਾ ਵੀ ਸੀ, ਪੂਸੂ ਦਾ ਵੀ ਸੀਗਾ। ਸੋ ਉਸ ਤੋਂ ਬਾਅਦ ਮਤਲਬ ਆਪਣੇ ਪੋਲੀਟੀਕਲ ਬੈਨੀਫਿਟਸ ਲਈ ਕੁਛ ਕੁ ਲੀਡਰ ਇਸ ਪਾਰਟੀ ਨੂੰ ਛੱਡ ਕੇ ਪੋਲੀਟੀਕਲ ਪਾਰਟੀਆਂ 'ਚ ਚਲੇ ਗਏ ਸੀਗੇ, ਐਂਡ ਇਹ ਪਾਰਟੀਆਂ ਬਿਲਕੁਲ ਮਤਲਬ ਕਲੀਨ ਕਰਤੀਆਂ ਸੀਗੀਆਂ ਆਪਣੇ ਪਰਸਨਲ ਬੈਨੀਫਿਟ ਲਈ, ਵੀ ਸਾਡੇ ਬਾਹਰ ਲਿੰਕਸ ਹੋਣ, ਸਾਡੇ ਬਾਹਰ ਸਾਨੂੰ ਕੁਛ ਨਾ ਕੁਛ ਮਿਲੇ, ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ। ਸੋ ਅਸੀਂ ਇਸ ਪਾਰਟੀ ਨੂੰ 2022 'ਚ ਰਿਵਾਈਵ ਕਰਨਾ ਸ਼ੁਰੂ ਕੀਤਾ। ਮਤਲਬ ਕੁਛ ਕੁ ਬੰਦੇ ਸੀਗੇ, ਅਸੀਂ 4-5 ਜਣੇ ਸੀਗੇ ਜਦੋਂ ਸਟਾਰਟ ਕੀਤਾ ਇਹ ਮਤਲਬ ਸਟੈਪ ਲਿਆ ਸੀ। ਉਦੋਂ ਮਤਲਬ ਸਾਨੂੰ ਖੇਡਾਂ ਵੀ ਹੁੰਦੀਆਂ ਸੀਗੀਆਂ ਵੀ ਇੱਕ ਗੱਡੀ 'ਚ ਪੂਰੇ ਆ ਜਾਂਦੀ ਹੈ ਸੋਪੂ, ਮਤਲਬ ਤੁਸੀਂ 5 ਜਣੇ ਫਿਰਦੇ ਹੋ। ਸੋ ਉਸ ਤੋਂ 2 ਸਾਲਾਂ ਦਾ ਰਿਵਾਈਵ ਕਰਦੇ ਅੱਜ ਅਸੀਂ ਇਸ ਪੋਜੀਸ਼ਨ ਤੱਕ ਪਹੁੰਚ ਚੁੱਕੇ ਹਾਂ ਵੀ ਸਾਡਾ ਕੈਡਰ ਇੰਨਾ ਹੋ ਚੁੱਕਿਆ ਵੀ ਸਾਨੂੰ ਬਾਹਰੋਂ ਵੀ ਸਪੋਰਟ ਮਿਲ ਰਹੀ ਹੈ, ਜਿਹੜੇ ਆਲਰੇਡੀ ਸੋਪੂ 'ਚੋਂ ਨਿਕਲੇ ਹੋਏ ਲੀਡਰ ਸੀਗੇ। ਜੇ ਮੈਂ ਨਾਮ ਲਵਾਂ ਗੋਲਡੀ ਦੀ ਗੱਲ ਕਰੀਏ ਆਪਾਂ, ਜਾਂ ਡੀ ਪੀ ਰੰਧਾਵਾ ਜੀ ਦੀ ਗੱਲ ਕਰੀਏ, ਬਿਲਕੁਲ ਬਿਲਕੁਲ, ਦੇਖੋ ਜਿੰਨੇ ਵੀ ਲੀਡਰਸ ਨਿਕਲੇ ਸੋਪੂ 'ਚੋਂ ਉਹ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਲਿੰਕ ਨੇ। ਸੋ ਅਸੀਂ ਚਲੋ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੀ ਕਿਵੇਂ ਨਾ ਕਿਵੇਂ ਸਾਨੂੰ ਸਪੋਰਟ ਕਰ ਰਿਹਾ, ਪਰ ਸਪੈਸ਼ਲੀ ਬਾਈ ਦਲਵੀਰ ਸਿੰਘ ਗੋਲਡੀ, ਮਤਲਬ ਗੋਲਡੀ ਖੰਗੂਰਾ ਜੀ, ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਸਰਕਾਰ 'ਚ ਹੁੰਦੇ ਹੋਏ ਵੀ ਏਡਾ ਵੱਡਾ ਸਟੈਪ ਲਿਆ ਵੀ ਯੂਨੀਵਰਸਿਟੀ ਵਿੱਚ ਆ ਕੇ ਆਪਣੀ ਮਦਰ ਪਾਰਟੀ ਨਾਲ ਕਰੇ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਹੀ ਧੰਨਵਾਦ ਕਰਦੇ ਹਾਂ, ਬਾਕੀ ਜਿੰਨੇ ਵੀ ਹੌਲੀ ਹੌਲੀ ਲੀਡਰਸ ਹੋਣਗੇ ਅਸੀਂ ਸਾਰਿਆਂ ਦਾ ਵੈਲਕਮ ਕਰਾਂਗੇ ਜਿਹੜੇ ਸੋਪੂ 'ਚੋਂ ਨਿਕਲੇ ਹੋਏ ਨੇ। ਜਦੋਂ ਦਲਵੀਰ ਗੋਲਡੀ ਇੱਥੇ ਆਏ, ਔਰ ਜਿਸ ਟਾਈਮ, ਕਿਉਂਕਿ ਰਾਜਨੀਤੀ ਵਿੱਚ ਜਦੋਂ ਬੰਦਾ ਚਲਾ ਜਾਂਦਾ ਨਾ, ਫਿਰ ਆਪਣੀ ਪਾਰਟੀ ਆਪਣੀ ਪਾਰਟੀ ਦੇ ਫੈਸਲੇ ਦੇਖਣੇ ਪੈਂਦੇ ਆ, ਤੁਸੀਂ ਕਿਹਾ ਕਿ ਦਿਲੋਂ ਧੰਨਵਾਦ ਹੈ, ਕਿਆ ਆ ਕੇ ਔਰ ਪੂਰੇ ਸਪੋਰਟ ਇਸ ਇਲੈਕਸ਼ਨ 'ਚ ਰੱਖਣੀ ਉਹਨਾਂ ਲਈ ਔਖੀ ਹੋਏਗੀ, ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਪੂਰਾ ਪ੍ਰੋਪਰ, ਕਿ ਕਿਵੇਂ ਕੈਂਪੇਨ ਕਰਨਗੇ? ਦੇਖੋ, ਜਿਹੜੀ ਗਰਾਊਂਡ ਲੈਵਲ 'ਤੇ ਆ ਉਹ ਤਾਂ ਸਾਨੂੰ ਮਤਲਬ ਆਪ ਹੀ ਕਰਨੀ ਪੈਣੀ ਹੈ ਸਾਡੇ ਕੈਡਰ ਨੂੰ, ਪਰ ਫਿਰ ਵੀ ਸਾਨੂੰ ਇੱਕ ਹੌਂਸਲਾ ਹੁੰਦਾ, ਇੱਕ ਜਨੂੰਨ ਹੁੰਦਾ ਉਸ ਚੀਜ਼ ਨੂੰ ਬਰਕਰਾਰ ਰੱਖਣ ਲਈ, ਜਿਹੜੀ ਸਾਨੂੰ ਉਹਨਾਂ ਤੋਂ ਸਪੋਰਟ ਮਿਲ ਰਹੀ ਆ, ਜਿਹੜੀ ਉਹ ਆਪਣੇ ਟਾਈਮ ਦੀਆਂ ਗੱਲਾਂ ਦੱਸਦੇ ਆ, ਇੱਕ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਦੇ ਆ, ਉਸ ਤੋਂ ਸਾਨੂੰ ਬਹੁਤ ਵੱਡੀ ਸਪੋਰਟ ਮਿਲ ਰਹੀ ਆ ਵੀ ਸਾਨੂੰ ਇਸ ਇਲੈਕਸ਼ਨ 'ਚ ਵੀ ਬਹੁਤ ਵਧੀਆ ਅਸੀਂ ਤਰੀਕੇ ਨਾਲ ਇਲੈਕਸ਼ਨ ਲੜਾਂਗੇ ਅਤੇ ਕੌਂਸਲ ਵਿੱਚ ਬੈਠਾਂਗੇ, ਇਸ ਵਿੱਚ ਉਹਨਾਂ ਦੀ ਇੱਕ ਬਹੁਤ ਅੱਛੀ ਭੂਮਿਕਾ ਹੋਊਗੀ। ਲਾਰੈਂਸ ਦਾ ਨਾਂ ਵੀ ਵਾਰ ਵਾਰ ਜਦੋਂ ਗੱਲ ਕਰੀਏ ਸਟੂਡੈਂਟ ਪੋਲਿਟਿਕਸ ਆਉਂਦਾ, ਸੋਪੂ ਦੀ ਗੱਲ ਕਰੀਏ, ਉਹ ਪੁਰਾਣੇ ਵੀਡੀਓ ਬੜੇ ਵਾਇਰਲ ਵੀ ਹੁੰਦੇ ਨੇ, ਅੱਜ ਲਾਰੈਂਸ ਇੱਕ ਬਹੁਤ ਵੱਡਾ ਗੈਂਗਸਟਰ ਹੈ, ਕਿਆ ਕਈ ਵਾਰ ਇਹ ਚੀਜ਼ ਵੀ ਆੜੇ ਆਉਂਦੀ ਹੈ ਸਟੂਡੈਂਟ ਨੂੰ ਸਮਝਾਉਣ ਲਈ, ਜਾਂ ਕਈ ਨਵੇਂ ਸਟੂਡੈਂਟ ਜਦੋਂ ਆਉਂਦੇ ਨੇ ਉਹ ਦੇਖਦੇ ਨੇ, ਕਿਉਂਕਿ ਇੱਥੇ ਹਰ ਥਾਂ ਦਾ ਇੱਕ ਮਾਇੰਡ ਸੈੱਟ ਹੈ? ਬਿਲਕੁਲ, ਤੁਸੀਂ ਨਾਮ ਲਿਆ, ਮੈਂ ਕਹਿੰਦਾ ਵੀ ਇੱਕ ਚੀਜ਼ ਦਾ, ਇੱਕ ਬੰਦੇ ਦਾ ਨਾਮ ਨਹੀਂ ਲੈਣਾ ਚਾਹੀਦਾ, ਆਪਾਂ ਨੂੰ ਹੋਰਾਂ ਦਾ ਵੀ ਨਾਮ ਲੈਣਾ ਚਾਹੀਦਾ ਵੀ ਜਿਹੜੇ ਇਸ ਪਾਰਟੀ 'ਚੋਂ ਇਸ ਯੂਨੀਵਰਸਿਟੀ 'ਚੋਂ ਨਿਕਲੇ ਆ। ਪਰ ਮੈਂ ਤੁਹਾਨੂੰ ਇੰਨਾ ਦੱਸ ਦੇਣਾ ਚਾਹੁੰਦਾ, ਸ਼ਾਇਦ ਜਦੋਂ ਉਹ ਸਾਰਾ ਗਰੁੱਪ ਇਸ ਯੂਨੀਵਰਸਿਟੀ ਵਿੱਚ ਸੀਗਾ ਉਦੋਂ ਉਹ ਗੈਂਗਸਟਰ ਨਹੀਂ ਸੀਗਾ, ਯੂਨੀਵਰਸਿਟੀ 'ਚੋਂ ਬਾਹਰ ਨਿਕਲ ਕੇ ਸ਼ਾਇਦ ਉਹਨਾਂ ਲਈ ਉਹ ਲਾਈਨ ਉਹਨਾਂ ਲਈ ਫੜ ਲਈ, ਉਹ ਚੀਜ਼ ਉਹਨਾਂ ਨੂੰ ਹੀ ਪਤਾ। ਪਰ ਇਸ ਯੂਨੀਵਰਸਿਟੀ 'ਚੋਂ ਬਾਹਰ ਨਿਕਲ ਕੇ ਸਾਡੇ ਕੋਲ ਬਹੁਤ ਤਰ੍ਹਾਂ ਦੀ ਲਾਈਨ ਹੁੰਦੀਆਂ, ਪੋਲੀਟੀਕਲ 'ਚ ਜਾਣਾ, ਆਪਣਾ ਮਤਲਬ ਆਫਿਸਰਸ ਬਣਨਾ, ਆਪਣੇ ਉਹ ਸਾਡੀ ਮਰਜ਼ੀ ਆ ਵੀ ਅਸੀਂ ਕਿਹੜੀ ਲਾਈਨ ਚੂਜ਼ ਕਰਨੀ ਆ। ਸੋ ਇਹ ਆ ਵੀ ਮੈਂ ਕਹਿੰਦਾ ਵੀ ਚੰਗੀਆਂ ਚੀਜ਼ਾਂ ਵੱਲ ਦੇਖੀਏ ਆਪਾਂ, ਜਿਹੜੇ ਬੰਦੇ ਇਸ ਟਾਈਮ ਵਧੀਆ ਰੁਤਬੇ 'ਤੇ ਬੈਠੇ ਆ ਵੀ ਆਪਾਂ ਉਹਨਾਂ ਵੱਲ ਦੇਖਣਾ ਚਾਹੀਦਾ ਸਾਨੂੰ। ਬਲਰਾਜ ਜੀ, ਇੱਕ ਗੱਲ ਹੋਰ ਹੈ ਕਿ ਇਹ ਸੋਪੂ ਨੂੰ ਜਿੱਦਾਂ ਤੁਸੀਂ ਕਿਹਾ ਵੀ 5 ਬੰਦੇ ਫਿਰਦੇ ਸੀ ਉਹ ਟਾਈਮ ਵੀ ਤੁਸੀਂ ਦੇਖਿਆ, ਹੁਣ ਤੁਸੀਂ ਕਿਹਾ ਕਿ ਕਾਡਰ ਮਜ਼ਬੂਤ ਹੋਇਆ, ਕਿਆ ਇਹ 2024 ਦਾ ਇਲੈਕਸ਼ਨ
ਤੁਹਾਡੇ ਲਈ ਤਾਂ ਬਹੁਤ ਮਾਇਨੇ ਰੱਖਦਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੀ ਕੁ ਤੁਹਾਡੀ ਪਾਰਟੀ ਕਿਆ, ਕਿਉਂਕਿ ਪ੍ਰੈਜ਼ੀਡੈਂਟ ਪੋਸਟ ਸਿੱਧਾ ਜਿੱਤਣਾ ਜਾਂ ਕਿਹੜੀ ਪੋਸਟ ਲੜਨਾ, ਫਿਰ ਇੱਕ ਹੁੰਦਾ ਕਿ ਮਾਇੰਡਸੈਟ ਕਿਹੜੀ ਪਾਰਟੀ ਨਾਲ ਮਿਲੇਗਾ, ਉਹ ਵੀ ਤੁਸੀਂ ਤਿਆਰੀ ਕਰੋਗੇ, ਗਠਬੰਧਨ ਜਿੱਦਾਂ ਆਪਾਂ ਕਹਿੰਦੇ ਵੀ ਕਿਹਦੇ ਨਾਲ ਹੋਏਗਾ? ਦੇਖੋ ਸਾਡਾ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ, ਸਾਡੀ ਪੰਜਾਬੀ 'ਚ ਜਿਵੇਂ ਕਹਿੰਦੇ ਸਾਡੀ ਮੱਤ ਨਹੀਂ ਰਲਦੀ ਉਹਨਾਂ ਨਾਲ, ਸੋ ਸਟੂਡੈਂਟ ਪਾਰਟੀਆਂ ਦੇ ਅਸੀਂ ਨਾਲ ਹਾਂ, ਅਸੀਂ ਚਾਹੁੰਦੇ ਹਾਂ ਵੀ ਇੱਕ ਪਲੇਟਫਾਰਮ 'ਤੇ ਜੇ ਉਹ ਇਕੱਠੇ ਹੋਣ ਤਾਂ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਹਾਂ। ਸੋ ਬਾਕੀ ਸੋਪੂ ਦਾ ਰੁਤਬਾ ਹੀ ਏਡਾ, ਪ੍ਰਧਾਨਗੀ ਲੜੇ, ਕੋਈ ਵੀ ਸੀਟ ਲੜੇ, ਮਤਲਬ ਵੀ ਉਹਨਾਂ ਦਾ ਕਲੀਅਰ ਹੁੰਦਾ ਵੀ ਹਾਂ ਸੋਪੂ ਨੇ ਅੱਜ ਤੋਂ 10 ਸਾਲ ਪਹਿਲਾਂ ਵੀ ਉਹਨਾਂ ਦਾ ਪੂਰਾ ਦਬਦਬਾ ਹੁੰਦਾ ਸੀ, 10-12 ਸਾਲ ਅਸੀਂ ਯੂਨੀਵਰਸਿਟੀ 'ਤੇ ਰਾਜ ਕੀਤਾ, ਵੀ ਸਾਨੂੰ ਉਹੀ ਬਹੁਤ ਆ, ਉਹੀ ਸਪੋਰਟ ਬਹੁਤ ਆ ਵੀ ਸਾਡੀ ਪਾਰਟੀ ਨੇ ਇੰਨਾ ਟਾਈਮ ਯੂਨੀਵਰਸਿਟੀ ਕੌਂਸਲ 'ਚ ਰਹੀ ਹਾਂ। ਬਾਕੀ ਜਦੋਂ ਸੋਪੂ ਵਾਲੇ ਚੱਲ ਪੈਂਦੇ ਆ ਵੀ ਇੱਕ ਜਿਵੇਂ ਸ਼ਹਿਰ ਨਾਲ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸ਼ਹਿਰੀ ਨਾਲ ਵੀ ਹਮ ਵੀ ਦਰਿਆ ਹੈ, ਹਮੇ ਆਪਣਾ ਹੁਨਰ ਮਾਲੂਮ ਹੈ, ਜਿਸ ਤਰਫ ਵੀ ਚੱਲ ਪੜੇਗੇ ਰਾਸਤਾ ਹੋ ਜਾਏਗਾ। ਪਰ ਇਹ ਰਸਤਾ ਸਟੂਡੈਂਟ ਪੋਲਿਟਿਕਸ ਦਾ ਜਿਹੜਾ ਹੈ ਪ੍ਰਧਾਨਗੀ ਤੱਕ ਬਹੁਤ ਰਹਿੰਦਾ ਹੈ, NASU ਜਤਿੰਦਰ ਜਿੱਤਿਆ ਹੈ ਨਾ, ਵਾਪਸੀ ਕੀਤੀ, ਸੋਪੂ ਪ੍ਰਧਾਨ ਲਈ ਖੜਾ ਕਰ ਰਹੀ ਹੈ, ਪਹਿਲਾਂ ਤਾਂ ਇਹ ਤਾਂ ਪੁੱਛਣਾ। ਬਿਲਕੁਲ, ਦੇਖੋ ਇਹ ਅਸੀਂ ਮਤਲਬ ਇਹ ਚੀਜ਼ਾਂ ਹੁੰਦੀਆਂ ਅਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਡਿਸਕਸ ਕਰਾਂਗੇ, ਆਪਣੇ ਕੈਡਰ ਨਾਲ ਬੈਠ ਕੇ ਦੇਖਾਂਗੇ ਵੀ ਸਾਨੂੰ ਕਿਹੜੀ ਸੀਟ 'ਤੇ ਖੜਾ ਹੋਣਾ ਚਾਹੀਦਾ। ਪਰ ਮੈਂ ਤੁਹਾਨੂੰ ਇੱਕ ਗੱਲ ਅੱਜ ਦਾਅਵੇ ਨਾਲ ਕਹਿਣਾ ਵੀ ਸੋਪੂ ਪ੍ਰਧਾਨਗੀ ਦਾ ਰੁਤਬਾ ਰੱਖਦੀ ਆ, ਅੱਜ ਨਹੀਂ ਤਾਂ ਕੱਲ੍ਹ ਰੱਖਾਂਗੇ ਜ਼ਰੂਰ, ਇਹ ਵੀ ਜ਼ਰੂਰੀ ਨਹੀਂ ਹੈਗਾ, ਪਰ ਸੋਪੂ ਪ੍ਰਧਾਨਗੀ ਦਾ ਰੁਤਬਾ ਰੱਖਦੀ ਆ। ਬਹੁਤ ਬਹੁਤ ਸ਼ੁਕਰੀਆ। ਮੇਰਾ ਨਾਮ ਅਰਸ਼ਦੀਪ ਕੰਬੋਜ ਹੈ ਅਤੇ ਕਾਰਿਆਕਰਤਾ ਦੀ ਪੋਜੀਸ਼ਨ ਹੀ ਹੈ, ਕਦੇ ਮੈਂ ਕਿ ਉਹ ਲਾਲਚ ਨਹੀਂ ਰੱਖਿਆ ਕਿਸੇ ਤਰ੍ਹਾਂ ਦਾ ਵੀ ਹਾਂ ਮੈਂ ਕਿ ਚਲੋ ਠੀਕ ਹੈ। ਕੀ ਲੱਗ ਰਿਹਾ ਨਵੀਂ ਪਾਰਟੀ ਹੈ, ਥੋੜ੍ਹੇ ਟਾਈਮ ਪਹਿਲਾਂ ਆਈ ਹੈ, ਇਲੈਕਸ਼ਨ ਅਨਾਊਂਸ ਹੋ ਚੁੱਕੇ ਨੇ, ਕਿਵੇਂ ਦੇਖ ਰਹੇ ਹੋ ਯੂ ਐਸ? ਦੇਖੋ ਜੀ, 1 ਸਾਲ ਹੋ ਗਿਆ ਸਾਨੂੰ ਪੂਰਾ ਮੈਂ ਕਿ ਯੂਨੀਵਰਸਿਟੀ ਸਟੂਡੈਂਟ ਔਰਗਨਾਈਜੇਸ਼ਨ ਨੂੰ ਬਣਾਏ ਹੋਏ, ਅਤੇ ਸਟੂਡੈਂਟ ਦਾ ਬਹੁਤ ਵਧੀਆ ਰਿਸਪੋਂਸ ਹੈ ਪੂਰਾ। ਅਸੀਂ 1 ਸਾਲ ਦੇ ਵਿੱਚ ਬਿਨਾਂ ਕੌਂਸਲ ਦੇ, ਕੌਂਸਲ ਦੀ ਪਾਵਰ ਤੋਂ ਵਿਦਆਊਟ ਕੌਂਸਲ ਪਾਵਰ ਕੰਮ ਕੀਤਾ ਪੂਰਾ 1 ਸਾਲ, ਸਟੂਡੈਂਟ ਦੇ ਨਾਲ ਖੜ ਕੇ, ਜਿੰਨੇ ਸਟੂਡੈਂਟ ਨੇ ਮੁੱਦੇ ਦਿੱਤੇ, ਜਿੰਨੇ ਸਾਨੂੰ ਖੁਦ ਨੂੰ ਦਿਸੇ, ਸਾਰੇ ਮੁੱਦਿਆਂ ਦੇ ਉੱਤੇ ਅਸੀਂ ਆਪ ਕੰਮ ਕੀਤਾ, ਅਤੇ ਸਟੂਡੈਂਟ ਦਾ ਰਿਸਪੋਂਸ ਬਹੁਤ ਅੱਛਾ ਹੈ। ਅੱਜ ਐ ਲੱਗਦਾ ਕਿ ਸ਼ਾਇਦ ਸਟੂਡੈਂਟ ਐਕਟੀਵਿਜ਼ਮ ਆਪਾਂ ਦੁਬਾਰਾ ਜ਼ਿੰਦਾ ਕਰ ਪਾਉਂਗੇ ਯੂਨੀਵਰਸਿਟੀ ਦੇ ਵਿੱਚ। ਕਿੰਨੀ ਸਟਰੈਂਥ ਹੋ ਪਈ ਹੈ ਤੁਹਾਡੀ, ਕਿੰਨੇ ਸਟੂਡੈਂਟ ਨਾਲ ਜੁੜ ਜਾਂਦੇ ਤੁਹਾਡੇ? ਦੇਖੋ ਜੀ, ਲਾਸਟ ਈਅਰ ਅਸੀਂ 3 ਦਿਨ ਦੀ ਕੰਪੇਨ ਦੇ ਉੱਤੇ ਸਾਨੂੰ 1005 ਵੋਟ ਪਈ ਸੀ, ਅਤੇ ਇਸ ਵਾਰੀ ਸਾਨੂੰ ਲੱਗਦਾ ਕਿ ਅਸੀਂ ਮਤਲਬ 3,350 ਵੋਟ ਦੇ ਉੱਤੇ ਇਸ ਟਾਈਮ ਬੈਠੇ ਹੋਏ ਹਾਂ, ਤਾਂ ਸਾਨੂੰ ਜਿੱਤ ਹਾਰ ਦਾ ਮਸਲਾ ਨਹੀਂ, ਅਸੀਂ ਚਾਹੁੰਦੇ ਹਾਂ ਕਿ ਸਟੂਡੈਂਟ ਐਕਟੀਵਿਜ਼ਮ ਜ਼ਿੰਦਾ ਰਹੇ। ਕੋਈ ਨਾਲ ਕਿਸੇ ਨਾਲ ਗੱਲਬਾਤ ਗਠਬੰਧਨ ਦੀ, ਜਾਂ ਲੱਗਦਾ ਕਿ ਪਾਰਟੀ ਹੋਰ ਉਭਰੇਗੀ ਆਪਣੀ ਤੁਹਾਡੀ ਜਥੇਬੰਦੀ? ਦੇਖੋ ਜੀ, ਮੁੱਦਾ ਹੀ ਇਕੱਲਾ ਸਟੂਡੈਂਟ ਵੈਲਫੇਅਰ ਦਾ, ਬਾਕੀ ਰਹੀ ਗੱਲ ਕਿਸੇ ਨਾਲ ਗੱਠਜੋੜ ਦੀ ਆ, ਉਹ ਵੇਖਾਂਗੇ, ਕਿਉਂਕਿ ਹਾਲ ਫਿਲਹਾਲ ਅਸੀਂ ਵਾਈਸ ਪ੍ਰੈਜੀਡੈਂਟ ਦੀ ਪੋਸਟ ਦੇ ਉੱਤੇ ਇਲੈਕਸ਼ਨ ਲੜ ਰਹੇ ਹਾਂ, ਅਤੇ ਇਹਦਾ ਮਤਲਬ ਹੈ ਕਿ ਪ੍ਰਧਾਨ ਸੈਕਟਰੀ, ਜੁਆਇੰਟ ਸੈਕਟਰੀ ਕੋਈ ਹੋਰ ਜਿੱਤੇਗਾ ਜ਼ਰੂਰ। ਕੋਸ਼ਿਸ਼ ਕਰਾਂਗੇ ਜਿਹੜੇ ਮਤਲਬ ਕਿ ਹੋਰ ਥੋੜ੍ਹੇ ਐਕਟਿਵ ਹੈ, ਜਿਹੜੇ ਸਟੂਡੈਂਟ ਵੈਲਫੇਅਰ, ਅਸੀਂ ਸਾਨੂੰ ਲੱਗਦਾ ਕਿ ਉਹ ਵਾਲੀਆਂ ਪਾਰਟੀਆਂ ਵੀ ਕੁਛ ਪਰਸੈਂਟ ਇਨੀਸ਼ੀਏਟਿਵ ਲੈ ਸਕਦੇ, ਉਹਨਾਂ ਨੂੰ ਵੀ ਅੱਗੇ ਲਿਆਉਣ ਦੀ ਟਰਾਈ ਕਰੀਏ। ਕੈਂਡੀਡੇਟ ਕਦੋਂ ਅਨਾਊਂਸ ਕਰਨਾ ਹੈ? ਕੈਂਡੀਡੇਟ ਅਸੀਂ ਨੋਮੀਨੇਸ਼ਨ ਤੋਂ ਬਾਅਦ ਜੀ ਅਨਾਊਂਸ ਕਰਾਂਗੇ। ਹਾਂਜੀ, देखिए यूनिवर्सिटी में इलेक्शंस अनाउंस हो चुके हैं, ये यूनिवर्सिटी का सबसे बड़ा त्यौहार है, जहां पर सबसे पहली तो हमारी जो रिक्वेस्ट रहती है हर स्टूडेंट से कि वो यूनिवर्सिटी में आए, और यूनिवर्सिटी का हर एक स्टूडेंट इस इलेक्शन के अंदर अपना वोट करे। डेमोक्रेसी के अंदर जो हर स्टूडेंट का राइट है, वो सबसे बड़ा उसका राइट जो है वो उसका राइट टू वोट है, तो उसको एक्सरसाइज जरूर करना है। अगर मैं ABVP की बात करूँ तो ABVP की जो सबसे बड़ी स्ट्रैटेजी हमेशा रहती है वो है पूरा साल स्टूडेंट्स के लिए काम करना, स्टूडेंट के जितने भी इश्यूज आए उनको लेकर उनकी आवाज़ को आगे रखना, और ये काम हमने पूरा साल किया है, और मुझे पूरा विश्वास है कि इस काम को देखते हुए जितने भी यूनिवर्सिटी के स्टूडेंट्स हैं वो आने वाले टाइम में ABVP को चुनकर काउंसिल में लाने का काम करेंगे। आपको क्या लगता है क्या रहेंगे? पिछली बार बड़ा टफ फाइट थी ABVP वर्सेस NSU, जिसमें NSU ने बाजी मारी।
देखिए इस बार के जो मुद्दे हैं स्टूडेंट्स को एनएसयूआई का एक जो असली चेहरा है वो सामने दिख चुका है कि किस तरीके से उन्होंने फेस्केट समय स्कैम किया, किस तरीके से वो जो स्टूडेंट वर्सेस सरकार की बात करते थे तो किस तरीके से उनके लीडर आने वाले टाइम में सरकार की गोद में जाकर बैठ गए, तो वह सब स्टूडेंट्स ने देखा है और स्टूडेंट्स बहुत अच्छी तरीके से उनके भी असली चेहरे से वाकिफ हो चुके हैं। इसलिए मुझे लगता है वो कहीं पर भी रेस में नहीं दिखेंगे आने वाले टाइम में और एबीवीपी जो है वो इस बार यूनिवर्सिटी की काउंसिल में जरूर आ रही है। कब तक आप अपना कैंडिडेट अनाउंस करेंगे? देखिए अब जैसे इलेक्शन की डेट अनाउंस हो गई है तो विद इन नेक्स्ट वीक हम लोग अपने कैंडिडेट की भी अनाउंसमेंट कर देंगे आने वाले टाइम के अंदर।